रोटी लेके भेज दी खेत पानी की बारी अपने टाइम हो रहा पानी पूनी बठूंगा जाके चंगा पुत ठीक है हाँ। रोटी ले जी अच्छा ठीक है नाले पुत मैं कहने भी तू कोई काम कुम देख ला काम कोई ना बे बस हुन रिजल्ट आउण वाली है मेरा ऐतकी मेडिकल भी बढ़िया होया अच्छा ते पेपर भी बढ़िया होया ऐतकी मैं सिलेक्ट ही हो जाऊं ओए पुत शुक्र है जे रब अपनी सुन ले और बे मैं तो बाली वो करा परमात्मा दा शुक्र गुजार करके आवा जाके गुरुद्वारे ते जे तन्नू नौकरी मिल जे ना पुत बढ़िया ते आपा एदा ब्याह कर दिए हां ए ता हैगा बे कोई ना बे आपा काली नहीं करदे दो पैसे जोड़ के बढ़िया थां ब्याह करांगे हौली हौली थां देखांगे पर भर्ती हो जाणगे केरा फेर करांगे दा ब्याह किते हां ओ तुसी मेनू घरों कड्डन दीआं गल्लां करी जाए पर क्यों हो रहा तेरा ब्याह नहीं करना ना मैं नहीं आंदी हैगी मैं ते इत्थे रहूंगी पहले तेरा ब्याह करांगे अस तो सोनी दी भाभी लेके आवांगे हैना मम्मी अच्छा अच्छा हां ओही रक्का मर चंगा हुण तू बेबे ने रोटी बनवा दे छेती मैं लेके जाऊंगा फिर ओ आकण लग जू खेत जे लेट हो गया ठीक है वीरे फिर ओ बोलण लग जूगा चल चंगा पुत चल आपा रोटी बना लिए चलो ਪਾਈ ਕਰੇ ਹਾਂ ਆਉਨੇ ਆ ਭਾਈ ਵੇ ਕਾਲੇ ਹਾਂ ਮਾਂ ਦੇਖ ਪੁੱਤ ਗੇਟ ਖੜਕੀ ਆਂਦਾ ਆਪਣਾ ਦੇਖਦਾ ਇਹ ਤੇ ਕੀ ਗੱਲ ਆ ਸੀਗਾ ਭਾਈ ਸੀਗਾ ਅੱਜ ਕੀ ਆਈ ਹੈ ਅੱਛਾ ਅੱਛਾ ਠੀਕ ਆ ਭਾਈ ਠੀਕ ਹੈ ਕੀਆ ਸੀਗਾ ਉਹ ਚਿੱਠੀ ਦੇ ਕੇ ਗਿਆ ਸਾਰੀ ਵੀਰੇ ਜੁਆਇਨ ਕਲੈਕਟਰ ਆ ਗਿਆ ਮੈਂ ਆਰਮੀ ਚ ਸਿਲੈਕਟ ਹੋ ਗਿਆ ਹਾਏ ਮੇਰਾ ਪਰਮਾਤਮਾ ਦਾ ਪੁੱਤ ਤੇਰੀ ਮਿਹਰ ਸ਼ੁਕਰ ਮੇਰੇ ਆ ਗਿਆ ਆਪਣੇ ਸੁਣ ਲਈ ਵੀਰੇ ਆਪਣੀ ਰੱਬ ਨੂੰ ਹੁਣ ਇਹਦਾ ਵਿਆਹ ਕਰਾਂਗੇ ਵਧੀਆ ਮੇਰਾ ਨਹੀਂ ਵੀਰੇ ਪਹਿਲਾਂ ਤੇਰਾ ਕਰਾਂਗੇ ਸੁਣ ਲਈ ਤੇਰਾ ਕਰਾਂਗੇ ਪਹਿਲਾਂ ਵਿਆਹ ਨਾ ਮੈਂ ਨਹੀਂ ਕਰਾਉਂਦੀ ਹੈਗੀ ਪਹਿਲਾਂ ਤੇਰਾ ਕਰਾਂਗੇ ਤੁਸੀਂ ਲੜ ਲਓ ਦੋਨੇ ਭੈਣ ਭਾਈ ਤੇ ਮੈਂ ਤਾਂ ਗੁਰਦੁਆਰੇ ਆ ਕੇ ਮੱਥਾ ਟੇਕ ਗਿਆ ਵਾ ਹਾਂ ਹਾਂ ਜਾ ਆ ਵੀ ਇਹ ਤਾਂ ਬੋਲੀ ਜਾ ਬਈ ਚਲ ਚੰਗਾ ਹੁਣ ਫਿਰ ਮੈਂ ਉਹਦੀ ਹੈਪੀ ਰੋਟੀ ਫੜਾਇਆ ਮੈਂ ਖੇਤ ਹਾਂ ਪਾਈ ਪਈ ਹੈ ਵੀਰੇ ਮੈਂ ਲਿਆਉਣੀ ਹੈ ਚੱਕ ਲਿਆ ਦੇ ਡਿੱਕੀ ਜਾਂਦਾ ਉਹ ਰੋਟੀ ਲੈ ਕੇ ਵੀ ਨਹੀਂ ਆਇਆ ਆ ਪਾਣੀ ਪੀਤਾ ਪਿਆ ਥੋੜਾ ਮੋਟਾ ਮੋਟਾ ਮਾਗਰੀ ਗੇੜਾ ਮਾਰ ਦੇ ਓਏ ਆ ਜਾ ਬਈ ਰੋਟੀ ਖਾ ਲਾ ਓਏ ਆ ਗਿਆ ਲੇਟ ਵਾਲਾ ਹੋ ਗਿਆ ਓਏ ਆ ਜਾ ਬਈ ਬਸ ਹੈ ਕੋਈ ਟਾਈਮ ਲੱਗ ਗਿਆ ਇਹ ਦੱਸ ਅੱਛਾ ਆ ਬਸ ਬੜਾਉਣ ਵਾਲਾ ਪਾਣੀ ਥੋੜਾ ਦੇ ਨਹੀਂ ਰਹਿਆ ਬਾਇਆ ਕੋਈ ਨਾ रोटी आपे खा लूंगा चल ठीक है चंगा फिर जाना मैं ला के खाऊंगा चल ठीक है ठीक है ना ठीक है चल चंगा जी लाई त्यार दो परौंठे रहे भुख लगूगी खा ही मेरा कोई गल नहीं मैं टेंशन नहीं मुंह मेरा नहीं जी लगना
ਚੰਗਾ ਭੈਣੇ ਚੰਗਾ ਵੀਰੇ ਬੇਬੇ ਦਾ ਖਿਆਲ ਰੱਖੀ ਚੰਗਾ ਹਾਂ ਕੋਈ ਨਾ ਵੀਰੇ ਚੱਲ ਚੰਗਾ ਬੇਬੇ ਚੱਲਦਾ ਚੱਲ ਬੇਬੇ ਆ ਗਿਆ ਮੈਂ ਛੱਡਿਆ ਵਾਂ ਠੀਕ ਹੈ ਪੁੱਤ ਬਾਹਰ ਤਾਂ ਹੀ ਤਾਂ ਦੇ ਗਿਆ ਵਾਂ ਫਿਰ ਤਾਂ 8-9 ਮਹੀਨਿਆਂ ਨੂੰ ਆਊਗਾ ਆ ਜਾ ਪੁੱਤ ਚੱਲ ਬੇਬੇ ਐਂ ਕਾਤੋਂ ਮੂੰਹ ਕੀਤਾ ਕੋਈ ਨਾ ਆਜੂਗਾ 9 ਮਹੀਨਿਆਂ ਨੂੰ ਉਹੀ ਟੈਨਸ਼ਨ ਲਈ ਬੈਠੀ ਹੈ ਤੂੰ ਤਾਂ ਪੁੱਤ ਮੈਨੂੰ ਤਾਂ ਇਹੀ ਖਿਆਲ ਰੱਖਦਾ ਜੀ ਕਾ ਹੀ ਮੇਰਾ ਤਾਂ ਵੱਡਾ ਤੈਨੂੰ ਪਤਾ ਹੱਥ ਨੇ ਪੀ ਕੇ ਆ ਜਾਂਦਾ ਹੈ ਹਾਂ ਫਿਰ ਚੱਲ ਕੋਈ ਨਾ ਹੁਣ ਉਹਨੇ ਵੀ ਤਾਂ ਆਪਦੀ ਨੌਕਰੀ ਕਰਨੀ ਆ ਆ ਜਾ ਹੁਣ ਚੱਲੀ ਉਹ ਵੀ ਟੈਨਸ਼ਨ ਲੈ ਰੱਖੀ ਤੂੰ ਸੰਦੀਪ ਹਾਂ ਮੰਮੀ ਪੁੱਤ ਕਾਲੇ ਨੂੰ ਫੋਨ ਲਾ ਲਾਉਣੀ ਪੁੱਛ ਵੀ ਠੀਕ ਠਾਕ ਪਹੁੰਚ ਗਿਆ ਬੇਬੇ ਦਾ ਫੋਨ ਠੀਕ ਹੋ ਹਾਂ ਲੈ ਮੰਮੀ ਨਾਲ ਗੱਲ ਕਰ ਲੂੰ ਹੋਰ ਕਿਵੇਂ ਪੁੱਤ ਸਤਿ ਸ਼੍ਰੀ ਅਕਾਲ ਬੇ ਹਾਂ ਹਾਂ ਵਧੀਆ ਬੇ ਬਸ ਐਕਸਰਸਾਈਜ਼ ਕਰੀ ਜਾਂਦੇ ਬੇ ਹਾਂ ਹਾਂ ਵਧੀਆ ਜੀ ਲੱਗ ਗਿਆ ਸੀ ਵਧੀਆ ਕੋਈ ਨਾ ਤੂੰ ਮੇਰੀ ਟੈਨਸ਼ਨ ਨਾ ਲੈ ਬੇ ਬਸ ਆ 2 ਮਹੀਨੇ ਦੀ ਹੋਰ ਰਹਿ ਗਈ ਟ੍ਰੇਨਿੰਗ ਤੇ ਪਿੰਡ ਆ ਕੇ ਕਰਦਾ ਮੈਂ ਗੱਲ ਕੋਈ ਨਾ ਚੱਲ ਠੀਕ ਹੈ ਬੇ ਚੰਗਾ ਨਾਲੇ ਜੀ ਲਾ ਕੇ ਰਹੀ ਮੈਨੂੰ ਤੇਰੀ ਫਿਕਰ ਲੱਗੀ ਰਹਿੰਦੀ ਹੈ ਪੁੱਤ ਕਿ ਤੂੰ ਰੋਟੀ ਟਾਈਮ ਨਾਲ ਘਰੇ ਵੀ ਨਹੀਂ ਖਾਂਦਾ ਹਾਂ ਟਾਈਮ ਨਾਲ ਖਾ ਲਿਆ ਕਰ ਮੇਰਾ ਪੁੱਤ ਬਣ ਕੇ ਮੈਨੂੰ ਬਹੁਤ ਫਿਕਰ ਹੈ ਤੇਰਾ ਹਾਂ ਠੀਕ ਹੈ ਰਿਸ਼ਤੇ ਦੇਖੇ ਪਰ ਤੇਰੇ ਆਏ ਬਿਨਾ ਹਾਂ ਨੀ ਕਰੀ ਅਸੀਂ ਆਉਣਗੇ ਫਿਰ ਤੁਸੀਂ ਆਪਦਾ ਦੋਨੇ ਭਾਈ ਜਿਵੇਂ ਮਰਜ਼ੀ ਕਰਿਓ ਤੇ ਬਾਕੀ ਇਹ ਵਿਆਹ ਕਰਨਾ ਆਪਾਂ ਤੇ ਇੱਕ ਦੋ ਆਪਾਂ ਪੈਸੇ ਦੇਣੇ ਭੈਣ ਭਾਈਆਂ ਦੇ ਤੇ ਵਿਆਹ ਆਪਦਾ ਦੇਖ ਕੇ ਪੱਕਾ ਕਰਿਆ ਚੰਗਾ ਲੱਗਿਆ ਰਿਸ਼ਤਾ ਕੱਲ ਨੂੰ ਆਪਾਂ ਦੇਖ ਆਵਾਂਗੇ ਹਾਂ ਹਾਂ ਚੱਲ ਤੂੰ ਇੰਨੇ ਫਿਰ ਵਰਦੀ ਬਦਲ ਹੋ ਜਾ ਤੇ ਮੈਂ ਆਪਾਂ ਖੇਤ ਗੇੜਾ ਮਾਰ ਕੇ ਆਵਾਂਗੇ ਠੀਕ ਹੈ ਠੀਕ ਹੈ ਹਾਂ ਕੱਪੜੇ ਕੁਪੜੇ ਬਦਲ ਲਈ ਤੂੰ ਪਾਣੀ ਲਿਆਂਦੀ ਵੀਰ ਨੂੰ ਚੱਲ ਫਿਰ ਬੇਬੇ ਮੈਂ ਨਾ ਜਾਇਆ ਉਧਰ ਭਾਈ ਨਾਲ ਖੇਤ ਮਾਰਿਆ ਮੈਂ ਗੇੜਾ ਮਿਲਿਆ ਵਾਂ ਕਿਹਾ ਕੱਪੜੇ ਢਾਬੇ ਤੇ ਉਹ ਬਾਈ ਯਾਰ ਮਾਂ ਨੇ ਆਖਿਆ ਸੀ ਹਨੇਰਾ ਵਾਲਾ ਹੋ ਜੂ ਬੰਦ ਛੇਤੀ ਜਾਣਾ ਓਏ ਇੱਥੇ ਮੇਰੇ ਯਾਰ ਦੋਸਤ ਬੈਠੇ ਆ ਯਾਰ ਹੁਣ ਮੁੜ ਆਵਾਂਗੇ ਯਾਰ ਚੱਲ ਫਿਰ ਐ ਕਰ ਹੋਰ ਪੈਗ ਪੈਗ ਲਾਵਾਂਗੇ ਇੱਥੇ ਆ ਜਾ ਪੈਗ ਤਾਂ ਰਹਿਣ ਦੇ ਬਈ ਚੱਲ ਤੈਨੂੰ ਤਾਰ ਆਉਣਾ ਯਾਰ ਹੈ ਤੈਨੂੰ ਤਾਰ ਕੇ ਆ ਜੂਗਾ ਚੱਲ ਚੱਲ ਫਿਰ ਮੈਂ ਤਾਰ ਆਉਂਦਾ
ਆਇਆ ਫੋਜੇ ਪੈਕ ਨੂੰ ਕਰਾ ਲਿਆ ਨਾ ਭਾਈ ਮੈਂ ਤਾਂ ਹੀ ਆਉਂਦਾ ਕਿਉਂ ਜੇ ਤੂੰ ਐਂ ਕਰ ਤੂੰ ਬਹਿ ਜਾ ਇੱਥੇ ਦੇ ਕੋਲੇ ਤੇ ਮੈਂ ਤਾਂ ਜਾਣਾ ਕਰੇ ਮੇਰੇ ਖਿਆਲ ਦੀ ਛੇਤੀ ਆ ਜੀ ਆ ਜਾ ਯਾਰ ਨਾ ਨਾ ਭਾਈ ਜਦ ਤੂੰ ਲਾਵੇਂ ਲਾਉਂਦੀ ਨਹੀਂ ਭਾਈ ਹਾਂ ਨਹੀਂ ਚਲੋ ਤੇਰੇ ਪੈਕ ਨੂੰ ਬੁਲਾ ਕੇ ਚਲ ਠੀਕ ਹੈ ਭਾਈ ਚੰਗਾ ਜਾਣਾ ਫਿਰ ਚੰਗਾ ਚੰਗਾ नजारे लिया कर इन तनखा हो तंदरा काम करे यार ठेके ठूके ला बहन नजारे लिया क्या कर मैं दया कर पैसे कहता मैं सारा कुछ ना मेनू भी कौंसी आंदा रहा तू आए फलाना पैग लाना और मैं तो आप हूँ मैंने लिया नहीं इतने उधर कहना उधर ही चलते हैं पिंड मैं उत्थे मेरा यार दोस्त बैठा यार मैं फिर आ गया वो गल हैगी क्या कर मम्मी माता मूता वर्गी क्या कर बेबे आख्या मैं बेबे मेरा पैसे का हल करो खर्चा बड़ा और गाहन गुण मैं गाहन ठेके से लाऊंगा खर्चा नहीं पूरा होता भरा चल आ पैके यार फिर चला नहीं मोटे जे बना लें फिर मोटे जे बना ला घा पानी थोड़ा थोड़ा यार चला फिर उदा नहीं फिर ਮੇਰੀ ਬੇਬੇ ਨੂੰ ਜਾ ਕੇ ਉਂਗਲਾਂ ਲਾਉਣ ਲੱਗ ਜੂ ਯਾਰ ਫਿਰ ਉਹ ਗੱਲ ਦਾ ਫਿਰ ਉਹ ਤਾਂ ਗਲਤ ਗੱਲ ਆ ਯਾਰ ਮੈਂ ਤਾਂ ਮੇਰੀ ਬੇਬੇ ਮਸਾਂ ਪਵਾਈਆਂ ਮੇਰੇ ਕੋਲ ਮੈਂ ਕਹਾਂ ਬੇਬੇ ਖਰਚਾ ਖੁਰਚਾ ਨਹੀਂ ਕਰਦਾ ਤਾਂ ਜੇ ਮੈਂ ਪਾਇਆ ਜਾ ਚੱਕ ਕਰ ਲੈ ਚੰਗਾ ਉਹ ਤਾਂ ਚਾਰ ਦਿਨ ਚੱਲ ਉਹ ਤਾਂ ਚਾਰ ਦਿਨਾਂ ਦੀ ਛੁੱਟੀ ਰਹੇਗੀ ਉਹਦੀ ਤੇ ਫਿਰ ਰੋਲ ਲਾ ਕਰਾਂਗੇ ਮੈਂ ਫਿਰ ਤੇ ਨਾਲੇ ਮੈਂ ਕਾਰਡ ਕੂਡ ਦਾ ਕਰਦਾ ਨਾਲੇ ਪੈਸਾ ਦਾ ਕਰਦਾ ਹਾਂ ਪੱਕਾ ਰੱਖੀ ਦੋ ਹਾਂ ਹੁਣ ਬੇਬੇ ਨਾਲ ਜਾ ਕੇ ਕਹਿ ਦੇ ਕਿਤੇ ਘਰੇ ਲੜਵਾ ਚੱਲ ਚੰਗਾ ਉਹ ਮਿੰਟੂ ਚੰਗਾ ਚੰਗਾ ਆਜਾ ਭੈਣੇ ਮੁੰਡੇ ਵਾਲੇ ਵੀ ਆ ਗਏ ਹੋਣਗੇ ਵਿਚੋਲੇ ਦੇ ਕੈਫ ਹੋਣਗੇ ਆਜਾ 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 ਕੁੜੇ ਆਜਾ ਆਜਾ ਕੁੜੇ ਆਜਾ ਆਜਾ ਬੜਾ ਲੇਟ ਹੋ ਗਿਆ ਹੋਰ ਲੇਟ ਆ ਹੋਰ ਵਧੀਆ ਨੇ ਵਧੀਆ ਬੜਾ ਵਧੀਆ ਹੋਰ ਰਿਸ਼ਤੇਦਾਰ ਵੀ ਵਧੀਆ ਨੇ ਉਹ ਹਾਂ ਰਿਸ਼ਤੇ ਬਰਤਨ ਵਾਲੇ ਬੰਦੇ ਬਰਤਨ ਵਾਲੇ ਵਧੀਆ ਵਧੀਆ ਹਾਂ ਮੁੰਡਾ ਕੁਝ ਖਾਂਦਾ ਨਹੀਂ ਪੀਂਦਾ ਨਹੀਂ ਹਾਂ ਹਾਂ ਚਲ ਵਧੀਆ ਹਾਂ ਚੰਗ ਬਹੁਤ ਵਧੀਆ ਸਹੀ ਸੀ ਬੇ ਹਾਂ ਪੁੱਤ ਵਧੀਆ ਹੋ ਗਿਆ ਚਲ ਆ ਆਪਣਾ ਤੇ ਹੁਣ ਮੇਰੀ ਵੀ ਫਿਰ ਛੁੱਟੀ ਖਤਮ ਹੋਈ ਕੱਲ ਨੂੰ ਜਾਊਂਗਾ ਚੰਗਾ ਮੈਂ ਅੱਛਾ ਹਾਂ ਤੜਕੇ ਕੀ ਵਧੀਆ ਜੀਜਾ ਲੱਗਿਆ ਸੀ ਤੇਰੇ ਆਏ ਕਰਕੇ ਕੋਈ ਨਾ ਚਲ ਆ ਵਧੀਆ ਕੁੜੀ ਦਾ ਵਿਆਹ ਹੋ ਗਿਆ ਇਹੀ ਵੱਡਾ ਹੋ ਗਿਆ ਬੜਾ ਵਧੀਆ ਤੇ ਉਹ ਦੁਕਾਨਾਂ ਨੇ ਜਿਹੜੇ ਦਿਨੇ ਲੈਣੇ ਸੀ ਮੈਂ ਦੇ ਆਇਆ ਸਾਰਿਆਂ ਦੇ ਅੱਛਾ ਪੁੱਤ ਚਲ ਚੰਗਾ ਚਲ ਕੋਈ ਨਾ ਸੌ ਜਾਵੇ ਬੇ ਇਹ ਤੜਕੇ ਉੱਠ ਖੜੀ ਸਨੇਹਾ ਤੇ ਫਿਰ ਮੈਂ ਜਾਊਂਗਾ ਚੰਗਾ ਚੰਗਾ ਪੁੱਤ ਠੀਕ ਹੈ ਜੇ ਚਲੀ ਯਾਰਾ ਲੇਟ ਹੋ ਜਾਂਦੇ ਹੋਰ ਕਿ ਟ੍ਰੇਨ ਲੰਘੀ ਔਖਾ ਹੋ ਹੋਰ ਤਾਂ ਠੀਕ ਆ ਵਧੀਆ ਰਹੀ ਤੇ ਧਿਆਨ ਨਾਲ ਤੂੰ ਵੀ ਮੇਰਾ ਸੈਕਟਰ ਹੈਗਾ ਬਾਲੀ ਸੈਕਟਰ ਆ ਰੱਬ ਨੂੰ ਬੋਲਿਆ ਨਹੀਂ ਮੈਂ ਹਾਂ ਦੋ ਤਿੰਨ ਡੱਬੇ ਤੂੰ ਰੱਬ ਕੋਈ ਨਹੀਂ ਹਾਂ ਕਿਵੇਂ ਬੀਬੀ ਠੀਕ ਆ ਪੁੱਤ ਨਵੇਂ ਪੈਸੇ ਮੁਕੇ ਦੇ ਪੈਸੇ ਪੁੱਤ ਆ ਫਸਲ ਦੇ ਕਿੱਧਰ ਲੰਗੇ ਪੈਸੇ ਹੁਣ ਫਸਲ ਦੇ ਬੇਬੇ ਨਸ਼ੇ ਪੱਤੇ ਹੋ ਜਾਂਦੇ ਆ ਬਾਲੇ ਹੁਣ ਮੈਂ ਕੀ ਕਰਾਂ ਸਰਦੇ ਹੀ ਨਹੀਂ ਜਦੋਂ ਤੂੰ ਸਟਾ ਕਹਿਤਾ ਹੁਣ ਖੇਤ ਕਿਹੜਾ ਕੰਮ ਕਰਨਾ ਸੌਖਾ ਆ ਤਨਖਾਹ ਕਿੰਨਾ ਚਿਰ ਹੋ ਗਿਆ ਹੁਣ ਤਨਖਾਹ ਵੀ ਨੀ ਦਿੱਤੀ ਤੈਨੂੰ ਮੈਂ ਫੋਨ ਲਾ ਕੇ ਦੇ ਦੇਣਾ ਤੂੰ ਉਹਦੇ ਨਾਲ ਗੱਲ ਕਰ ਲਾ ਮੈਨੂੰ ਨੀ ਪਤਾ ਆ ਲਿਆ ਫੋਨ ਲਾ ਕੇ ਦੇ ਦੇ ਕਰਦੀ ਆ ਉਹਦੇ ਨਾਲ ਮੇਰਾ ਹੱਲ ਕਰੋ ਪੈਸਿਆਂ ਦਾ ਹੱਲ ਨੰਬਰ ਬੁਲਾਉਣਾ ਖੜ ਜਾਵਾਂ ਔਰ ਤੂੰ ਮੈਨੂੰ ਆਖਿਆ ਨਹੀਂ ਰਣੀ ਉਹਨੂੰ ਵੀ ਕਹਦੇ ਕਹਦੇ ਭਾਈ ਉਹ ਕਰ ਪੈਸਾ ਦਾ ਹੱਲ ਕਰ ਲੈ ਕੋਈ ਨਹੀਂ ਕਰ ਹਾਂ ਕਹਿ ਬੇਬੇ ਨੂੰ ਲੱਗ ਗਿਆ ਕਹਦੇ ਹੈਲੋ ਹਾਂ ਪੁੱਤ ਕਿਵੇਂ ਹੈ ਹਾਂ ਸਤਿ ਸ਼੍ਰੀ ਅਕਾਲ ਬੇਬੇ ਹਾਂ ਵਧੀਆ ਵਧੀਆ ਬੇਬੇ ਪੁੱਤ ਨਾ ਪੈਸਿਆਂ ਦੀ ਲੋੜ ਸੀਗੀ ਜੇ ਤੂੰ ਭੇਜ ਦੇ ਤਾਂ ਚੰਗੀ ਗੱਲ ਹੈ ਔਰ ਨਾਲ ਦਾ ਦੇਣੇ ਲੈਣੇ ਵਾਲੇ ਬਾਹਰ ਚੜ ਗਏ ਉਹ ਕੰਮ ਦੇ ਆ ਸਾਨੂੰ ਤੇ ਨਾਲੇ ਫਸਲ ਦਾ ਜਮੀ ਨਹੀਂ ਕੁਛ ਵੀ ਬਚਿਆ ਹੈਗਾ ਲੋੜ ਆ ਪੁੱਤ ਹੈਂ ਹੋਰ ਤੂੰ ਤਾਂ ਐਂ ਕਹਿਤਾ ਕਿ ਮੈਂ ਕਿੱਥੋਂ ਭੇਜ ਦੇਵਾਂ ਪੁੱਤ ਹੋਰ ਕੀ ਕਰਾਂ ਹੁਣ ਮੈਨੂੰ ਤੂੰ ਦੱਸ ਦੇ ਅੱਛਾ
ਹੁਣ ਮੈਂ ਤਾਂ ਕਿੱਥੋਂ ਭੇਜਦਾ ਵੀ ਪੈਸੇ ਪਹਿਲਾਂ ਹੁਣ ਮੈਂ ਹੁਣ ਤਾਂ ਵਿਆਹ ਕਰਕੇ ਗਿਆ ਕੁੜੀ ਦਾ ਮੈਂ ਨਹੀਂ ਭੇਜ ਸਕਦਾ ਹੁਣ ਭੇਜ ਨਹੀਂ ਸਕਦਾ ਫਿਰ ਭਾਈ ਐਂ ਕਰ ਆ ਗਿਆ ਉਹਦਾ ਅੱਡ ਹੋ ਜੂ ਹੈਂ ਅਸੀਂ ਕੀ ਕਰੀਏ ਹੁਣ ਉਹ ਵੀ ਇਕੱਲਾ ਕੀ ਕਰੇ ਕੁੜੀ ਆਉਂਦੀ ਉਹਨੂੰ ਵੀ ਦੇਣੇ ਲੈਣੇ ਦਾ ਖਰਚਾ ਸਾਰਾ ਉਹਦੇ ਸਿਰ ਪੈ ਗਿਆ ਤੂੰ ਤਾਂ ਬੈਠੇ ਨੇ ਕਹਿਤਾ ਚੱਲ ਫਿਰ ਆ ਕੇ ਅੱਡ ਹੋ ਜੀ ਬਾਈ ਅਸੀਂ ਤਾਂ ਕੁਛ ਨਹੀਂ ਕਰਦੇ ਆਂਗੇ ਤੇਰਾ ਬੀਬੇ ਮੇਰੀ ਮਿਹਨਤ ਦੀ ਕਮਾਈ ਹੈ ਮੈਂ ਨਹੀਂ ਭੇਜ ਸਕਦਾ ਤੁਹਾਨੂੰ ਹੁਣ ਇਹ ਨਸ਼ੇ ਦਾ ਮਾਰਾ ਮੰਗੀ ਜਾਂਦਾ ਮੈਥੋਂ ਪੈਸੇ ਹੋਰ ਇਹਨੇ ਕੀ ਕਰਨਾ ਦਾਰੂ ਨੂੰ ਡੱਕ ਕੇ ਆ ਜਾਂਦਾ ਰੋਏ ਨਹੀਂ ਬੀਬੇ ਮੈਂ ਨਹੀਂ ਭੇਜ ਸਕਦਾ ਪੈਸੇ ਚੱਲ ਫਿਰ ਤੂੰ ਆਪਦਾ ਅੱਡ ਹੀ ਰਹੀ ਬਾਈ ਹਾਂ ਚੰਗਾ ਠੀਕ ਹੈ ਵਧੀਆ ਕੀਤਾ ਬੀਬੇ ਪੁੱਤ ਹੋਰ ਕੀ ਕਰੀ ਉਹਦਾ ਅਸੀਂ ਲੋਟ ਆਉ ਅਸੀਂ ਲੋਟ ਆਉ ਹਾਂ ਨਾਲੇ ਆਪਾਂ ਨੂੰ ਬਾਹਰਲਾ ਬਾਗਲ ਦੇ ਦਾਂਗੇ ਹਾਂ ਬਸ ਬਾਹਰਲਾ ਬਾਗਲ ਜਮੀਨ ਤੇਰੀ ਸੇਰੀ ਤੂੰ ਮੇਰੇ ਨਾਲ ਰਹਿਣਾ ਬਸ ਹਾਂ ਮੈਂ ਤੇਰੀ ਸੇਰੀ ਮੈਂ ਆਪੇ ਸਾਮੂ ਸਾਰੀ ਮੈਂ ਪੁੱਤ ਤੇਰੇ ਨਾਲ ਹੀ ਰਹੂੰਗੀ ਪਹਿਲਾਂ ਪੈਸਾ ਕਮਾਈ ਜਾਓ ਜੇ ਨਾ ਪੈਸੇ ਦਿਓ ਤਾਂ ਹੁਣ ਅੱਡ ਹੋ ਜਾ ਕੇ ਘਰੇ ਨਾ ਚੱਲ ਜਿਵੇਂ ਤੇਰੀ ਮਰਜ਼ੀ ਮਾਂ ਇਹਦਾ ਫੋਨ ਸਤਿ ਸ਼੍ਰੀ ਅਕਾਲ ਭੈਣੇ ਹਾਂ ਹਾਂ ਵਧੀਆ ਭੈਣੇ ਕੀ ਹੋ ਗਿਆ ਬੇਬੇ ਬਿਮਾਰ ਆ ਕੋਈ ਨਾ ਭੈਣੇ ਫਿਰ ਮੈਂ ਛੁੱਟੀ ਲੈ ਕੇ ਆ ਗਿਆ ਬਸ ਹੋਸਪਿਟਲ 'ਚ ਨੇ ਚੱਲ ਠੀਕ ਆ ਭੈਣੇ ਮੈਂ ਸਿੱਧਾ ਉੱਥੇ ਹੀ ਜਾਊਂਗਾ ਚੰਗਾ ਭੈਣੇ ਮੈਂ ਚੱਲਦਾ ਫਿਰ ਸਾਹਿਬ ਨੂੰ ਪੁੱਛਦਾ ਛੁੱਟੀ ਦੇਊਗਾ ਤਾਂ ਜਾਣਾ ਪਿੰਡ ਬੇਬੇ ਦਾ ਇਲਾਜ ਕਰਾਉਣਾ ਜਿਹੜੇ ਪੁੱਤ ਨਾਲ ਤੂੰ ਇਹ ਕੁਛ ਕਰਦੀ ਸੀ ਉਹਨੂੰ ਸੌ ਸੌ ਕੁਛ ਬੋਲਦੀ ਸੀ ਇੱਕ ਫੋਨ ਤੇ ਭੱਜਿਆ ਆਇਆ ਤੇ ਉਹ ਦੇਖ ਲੋ ਦਾਰੂ ਦਾ ਡੱਕ ਕੇ ਅੰਦਰ ਪਿਆ ਉਹਨੂੰ ਕੋਈ ਫਿਕਰ ਨੀ ਹੈਗਾ ਗਾ ਤੇਰਾ ਇਹ ਦੇਖ ਲੈ ਇੰਨੀ ਦੂਰੋਂ ਆਇਆ ਤੇਰੇ ਕਰਕੇ ਵੀ ਮੇਰੀ ਮਾਂ ਬਿਮਾਰ ਆ ਤੂੰ ਇਹਦੇ ਨਾਲ ਇੰਨਾ ਫਰਕ ਰੱਖਦੀ ਸੀ ਦੇਖ ਲਾ ਮੈਂ ਜਿਹੜੇ ਪੁੱਤ ਨੂੰ ਤੇ ਇੰਨਾ ਫਰਕ ਸਮਝਦੀ ਸੀ ਲੜਦੀ ਸੀ ਇਹਦੇ ਨੂੰ ਇਹਨੂੰ ਚੰਗਾ ਹੀ ਸਮਝਦੀ ਸੀ ਅੱਜ ਇਹੀ ਤੈਨੂੰ ਲੈ ਕੇ ਆਇਆ ਹਸਪਤਾਲ 'ਚੋਂ ਇੱਕ ਫੋਨ ਤੇ ਭੱਜਿਆ ਆਇਆ ਤੇ ਉਹ ਦੇਖ ਲਾ ਉਹ ਦਾਰੂ ਦਾ ਡੱਕ ਕੇ ਪਿਆ ਨਸ਼ੇੜੀ ਉਹ ਤੈਨੂੰ ਪਤਾ ਹੀ ਆ ਪੁੱਤ ਪਹਿਲਾਂ ਵੀ ਤੂੰ ਇੱਥੇ ਸੀ ਅਸੀਂ ਉਹਦਾ ਇਹੀ ਹਾਲ ਰਿਹਾ ਜਿਹੜਾ ਤੂੰ ਇਹਦੇ ਨਾਲ ਲੜਦੀ ਆ ਤੂੰ ਉਹਦੇ ਨਾਲ ਲੜਿਆ ਕਰਨ ਇਹਦੀ ਵੀ ਕੋਈ ਆਪਦੀ ਜ਼ਿੰਦਗੀ ਆ ਨੌਕਰੀ ਕਰਨੀ ਸੌਖੀ ਥੋੜ੍ਹੀ ਆ ਬਾਰਡਰ 'ਤੇ ਇਹਨੇ ਨਹੀਂ ਆਪਦਾ ਕੁਛ ਬਣਾਉਣਾ ਹੈਗਾ ਘਰ ਬਾਰ ਇਹਨੇ ਵਿਆਹ ਵੀ ਕਰਾਉਣਾ ਹੈਗਾ ਗਾ ਠੀਕ ਆ ਪੁੱਤ ਫੌਜੀਆਂ ਦੀ ਵੀ ਕੋਈ ਆਪਦੀ ਜ਼ਿੰਦਗੀ ਹੁੰਦੀ ਆ ਮਾਂ ਪੁੱਤ ਹੁਣ ਤੂੰ ਆਪਾਂ ਇਕੱਠੇ ਰਹਿਣਾ ਕੋਈ ਗੱਲ ਨਹੀਂ ਮੈਂ ਜਿਹੜਾ ਕੁਛ ਤੈਨੂੰ ਫੋਨ 'ਤੇ ਬਾਹਲਾ ਕੁਛ ਬੋਲੀ ਆ ਪੁੱਤ ਮੈਨੂੰ ਪਤਾ ਹੈ ਮੈਨੂੰ ਉਹ ਗੱਲਾਂ ਦਾ ਹੁਣ ਅਹਿਸਾਸ ਹੈ ਮੈਂ ਗਲਤੀ ਮੰਨਦੀ ਹਾਂ ਨਹੀਂ ਗਲਤੀ ਤਾਂ ਕੋਈ ਗੱਲ ਨਹੀਂ ਮਾਂ ਪਤਾ ਕੀ ਆ ਤੂੰ ਉਹਨੂੰ ਤਾਂ ਕੁਛ ਕਿਹਾ ਨਹੀਂ ਉਹ ਤਾਂ ਦਾਰੂ ਦਾਰੂ ਇਹ ਡੱਕ ਕੇ ਬਹਿੰਦਾ ਸੀ ਮੈਂ ਤਾਂ ਉੱਥੇ ਨੌਕਰੀ ਕਰਦਾ ਸੀ ਔਖਾ ਹੋ ਕੇ ਮੈਂ ਤਾਂ ਕਮਾਈ ਕਰਦਾ ਸੀ ਤੂੰ ਕਹਿੰਦੀ ਪੈਸੇ ਭੇਜ ਮੈਨੂੰ ਪਤਾ ਉਹ ਨਸ਼ੇ 'ਚ ਰੋੜ ਦਿੰਦਾ ਸਾਰੇ ਫਿਰ ਮੇਰੀ ਮਿਹਨਤ ਦੀ ਕਮਾਈ ਸੀ ਇਹ ਐਂ ਨਹੀਂ ਹੁੰਦਾ ਵੀ ਜੇ ਆਪਣੇ ਹੁਣ ਪਰਿਵਾਰ 'ਚ ਇੱਕ ਫੌਜੀ ਆ ਤਾਂ ਉਹਦੀ ਕਮਾਈ 'ਚ ਹੀ ਹੋ ਜਾਈ ਆਪਾਂ ਸਾਰੇ ਹੋਰ ਕੰਮ ਹੀ ਨਾ ਕਰੇ ਕੋਈ ਹੁੰਦਾ ਸਾਰਿਆਂ ਨੂੰ ਆਪੋ ਆਪਦਾ ਦੇਖਣਾ ਚਾਹੀਦਾ ਵੀ ਹਾਂ ਮੈਂ ਫਿਊਚਰ 'ਚ ਕੀ ਕੰਮ ਕਰਨਾ ਹੁਣ ਮੈਂ ਵੀ ਆਪਦਾ ਅਗਾਂਹ ਪਰਿਵਾਰ ਪਾਲਣਾ ਜਿੰਨੇ ਜੋਗਾ ਸੀ ਮੈਂ ਕਰਿਆ ਪਹਿਲਾਂ ਭੈਣ ਦੇ ਵਿਆਹ 'ਤੇ ਲਾਏ ਫਿਰ ਘਰ ਦੇ ਦੇਣੇ ਲੈਣੇ ਸਾਰਾ ਕੁਛ ਲਾਇਆ ਹੁਣ ਐਂ ਫਿਰ ਤੁਸੀਂ ਤਾਂ ਸਾਰੀ ਹੁਣ ਮੇਰੀ ਕਮਾਈ 'ਚ ਹੀ ਕਰ ਲਿਆ ਹੁਣ ਫਿਰ ਮੈਂ ਅੱਗੇ ਕੀ ਖਵਾਵਾਂ ਉਹਦੇ ਜਵਾਕਾਂ ਤੇਰੀਆਂ ਗੱਲਾਂ ਸਾਰੀਆਂ ਸਹੀ ਨੇ
ਉਹਦਾ ਕੀ ਕਰਾਂ, ਤਾਂ ਸਾਰੀ ਫਸਲ ਵੇਚ ਕੇ ਸਾਰੀ ਆਪ ਹੀ ਨਗਾ ਦਿੰਦਾ ਪੀ ਕੇ ਹੀ, ਕੀ ਕਰਾਂ ਮੈਂ। ਫਿਰ ਉਹਨੂੰ ਵੀ ਰੋਕਿਆ ਕਰਨਾ ਵਾ, ਤੂੰ ਇਹਨੂੰ ਤਾਂ ਕਹੀ ਇੰਨੀ ਰਹਿੰਦੀ, ਤੂੰ ਪੈਸੇ ਨੀ ਭੇਜਦਾ, ਐਂ ਨੀ ਕਰਦਾ ਹੈਗਾ, ਉਹ ਤੇਰੇ ਕੋਲੇ ਰਹਿੰਦਾ, ਉਹ ਤੋਂ ਤੂੰ ਹਿਸਾਬ ਵੀ ਨੀ ਲੈਂਦੀ ਹੈਗੀ, ਫਸਲ ਦਾ ਵੀ ਪੈਸੇ ਜਾਂਦੇ ਕਿੱਥੇ ਆ। ਨਹੀਂ ਮੈਂ ਕੀ ਕਰਾਂ, ਤਾਂ ਮੈਨੂੰ ਭੱਜ ਭੱਜ ਪੈਂਦਾ ਹੈ, ਖਾਣ ਆਉਂਦਾ ਹੈਗਾ, ਮੈਂ ਕਰਾਂ ਕੀ, ਮੇਰਾ ਪੁੱਤ ਤੇਰੇ 'ਤੇ ਜ਼ੋਰ ਸੀਗਾ, ਮੈਂ ਸਾਰਾ ਉਹਦੇ ਵਾਲਾ ਗੁੱਸਾ ਤੇਰੇ 'ਤੇ ਕੱਢਿਆ, ਚੱਲ ਕੋਈ ਨਹੀਂ ਪੁੱਤ ਮੈਨੂੰ ਮਾਫ਼ ਕਰ ਦੇ। ਨਾ ਕੋਈ ਗੱਲ ਨਹੀਂ ਚਲੋ ਬੇਟੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਆ, ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ, ਜਿਹਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਧੰਨਵਾਦ ਜੀ।